ਸਸਿਆ ਕਾਲ ਜੀ ਵੈਲਕਮ ਟੂ ਰਾਹਤ ਇੰਸਟੀਚਿਊਟ ਕਲਾਸਿਸ ਤਾਂ ਮੈਂ ਤੁਹਾਡਾ ਆਪਣਾ ਦੋਸਤ ਆਪਣਾ ਮੈਂਟਰ ਅੱਜ ਇੱਕ ਪੜੀ ਹੀ ਸਪੈਸ਼ਲ ਵੀਡੀਓ ਜਿਹੜੀ ਆ ਮੈਂ ਤੁਹਾਡੇ ਲਈ ਲੈ ਕੇ ਆਇਆ ਕਿ ਆਪਾਂ ਨੂੰ ਜਿਵੇਂ ਕਿ ਪਤਾ ਹੈ ਕਿ ਟ੍ਰਿਪਲ ਐਸ ਬੀ ਬੋਰਡ ਦੀਆਂ ਜਿਹੜੀਆਂ ਕਲਰਕ ਦੀਆਂ ਆਪਣੀਆਂ ਵੈਕੈਂਸੀਸ ਸੀਗੀਆਂ ਉਹਨਾਂ ਦਾ ਜਿਹੜਾ ਰਿਟਰਨ ਐਗਜ਼ਾਮ ਦੀ ਜਿਹੜੀ ਡੇਟ ਆ ਉਹ ਆਪਣੇ ਕੋਲੋਂ 12 12 ਜਿਹੜੀ ਦਸੰਬਰ ਆ ਉਹ ਆ ਚੁੱਕੀ ਹੈ ਔਰ ਅੱਜ ਇੱਕ ਹੋਰ ਨੋਟੀਫਿਕੇਸ਼ਨ ਜਿਹੜੀ ਹੈ ਉਹ پی ٹی ایس بی ਵੱਲੋਂ ਜਾਰੀ ਕੀਤੀ ਗਈ ਫॉर ਡਿਸੇਬਲਡ ਕੈਂਡੀਡੇਟ ਜਿਹੜੇ ਆਪਣੇ ਡਿਸੇਬਲ ਕੈਂਡੀਡੇਟ ਨੇ ਉਹਨਾਂ ਲਈ ਜਿਹੜੀ ਹੈ ਉਹ ਇਨਫਾਰਮੇਸ਼ਨ ਜਿਹੜੀ ਹੈ ਉਹ ਜਾਰੀ ਕੀਤੀ ਗਈ ਸੀ ਤੇ ਅੱਜ ਵੀਡੀਓ ਬਣਾਉਣ ਦਾ ਜਿਹੜਾ ਮੇਨ ਮਕਸਦ ਮੇਰਾ ਇਹ ਹੈ ਕਿ ਤੁਸੀਂ ਥੰਬਨੇਲ ਦੇ ਵਿੱਚ ਵੀ ਦੇਖਿਆ ਹੋਣਾ ਹੈ ਕਿ ਪੀ ਟ੍ਰਿਪਲ ਐਸ ਬੀ ਕਲਰਕ ਜਿਹੜਾ ਉਹ ਗਵਰਨਮੈਂਟ ਨੇ ਆਪਾਂ ਨੂੰ ਜਾਂਦੀ ਜਾਂਦੀ ਜਿਹੜਾ ਆਖਰੀ ਮੌਕਾ ਦਿੱਤਾ ਹੈ ਉਹਨੂੰ ਕਿਵੇਂ ਫਤਿਹ ਕਰਨਾ ਹੈ ਮਤਲਬ ਇੱਕ ਜਿਹੜੀ ਜਿੱਦ ਆਪਣੀ ਜੌਬ ਲੈਣੀ ਲੈਣੀ ਹੈ ਉਹਨੂੰ ਕਿਵੇਂ ਪੂਰਾ ਕਰਨਾ ਹੈ ਠੀਕ ਹੈ ਬਹੁਤ ਕੋਸ਼ਿਸ਼ ਕਰ ਲਈ ਆਪਾਂ ਸ਼ਾਇਦ ਪਟਵਾਰੀ ਦੇ ਵਿੱਚੋਂ ਵੀ ਨਿਰਾਸ਼ ਹੋ ਕੇ ਬਹਿ ਗਏ ਆਪਾਂ ਐਕਸਾਈਜ਼ ਤੋਂ ਨਿਰਾਸ਼ ਹੋ ਕੇ ਬੈਠ ਗਏ ਕਲੀਅਰ ਕਰ ਵੀ ਲਿਆ ਤੇ ਸਾਨੂੰ ਜਿਹੜਾ ਗਵਰਨਮੈਂਟ ਨੇ ਜੁਆਇਨਿੰਗ ਨਹੀਂ ਕਰਾਈ ਪਰ ਦੇਖੋ ਜਿਹੜੀ ਇਹ ਭਰਤੀ ਆ ਪੀਟ੍ਰੀਪਲ ਐਸਬੀ ਕਲਰਕ ਦੀ ਜਿਹੜੀ ਭਰਤੀ ਹੈ ਇਹ ਗਵਰਨਮੈਂਟ ਜਿਹੜੀ ਹੈ ਉਹ 110% ਜਿਹੜੀ ਆ ਰਿਕਰੂਟ ਕਰੇਗੀ ਕਲਰਕ ਮਹਿਕਮਾ ਜਿਹੜਾ ਹੈ ਜੇ ਇਹਦੀ ਲੋਡ ਜਿਹੜੀ ਆ ਗਵਰਨਮੈਂਟ ਨੂੰ ਆਪ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਬਾਕੀ ਡਿਪਾਰਟਮੈਂਟਸ ਦੀ ਵੀ ਹੁੰਦੀ ਆ ਬਟ ਇਹਦੀ ਪਰਤੀ ਜਿਹੜੀ ਆ ਉਹ ਜ਼ਰੂਰ ਸਿਰੇ ਚੜੇਗੀ ਅਪਾ ਪਰਮਾਤਮਾ ਅਗੇ ਆਸ ਕਰਦੇ ਆ ਕਿ ਸਾਰੀ ਦੀ ਸਾਰੀ ਆਪਾਂ ਜਿਹੜੀ ਆ ਜੋਬਸ ਚੜਨ ਤੇ ਹਰ ਘਰ ਜਿਹੜੀ ਆ ਗਵਰਨਮੈਂਟ ਜੋਬ ਜਿਹੜਾ ਇੱਕ ਸਟੂਡੈਂਟ ਇੱਕ ਲੜਕਾ ਇੱਕ ਲੜਕੀ ਆਪਦਾ ਜੋਬ ਲੱਗਿਆ ਹੋਵੇ ਤੇ ਆਪਦੀ ਲਾਈਫ ਨੂੰ ਸਿਕਿਉਰ ਕਰੇ ਹੁਣ ਮੇਰਾ ਜਿਹੜਾ ਮੇਨ ਮਕਸਦ ਅੱਜ ਵੀਡੀਓ ਅੱਜ ਆਪਣੇ ਨਾਲ ਤੁਹਾਡੇ ਨਾਲ ਰੂਬਰੂ ਹੋਣ ਦਾ ਜਿਹੜਾ ਹੈਗਾ ਉਹ ਮਕਸਦ ਇਹ ਹੈ ਕਿ ਆਪਾਂ ਜਿਹੜਾ ਇੱਕ ਕੰਫੀਡੈਂਸ ਆਪਦੇ ਵਿੱਚ ਕਿਵੇਂ ਲੈ ਕੇ ਆਈਏ ਕਿ ਪੀ ਟ੍ਰਿਪਲ ਐਸ ਵੀ ਕਲਰਕ ਜਿਹੜਾ ਉਹ ਮੇਰਾ 100% ਕਲੀਅਰ ਹੋਵੇ ਦੇਖੋ ਅਗਰ ਤੁਹਾਡੀ ਅੱਜ ਅੱਜ ਤੱਕ ਮਤਲਬ ਤੁਹਾਡੀ ਜਿਹੜੀ ਟਾਈਪਿੰਗ ਦੀ ਸਪੀਡ ਤੁਸੀਂ ਕਹਿ ਰਹੇ ਹੋ ਕਿ ਮੇਰੀ 40 ਆ ਜਾਂਦੀ ਹੈ 38 ਆ ਜਾਂਦੀ ਹੈ ਮਤਲਬ ਤੁਸੀਂ ਅਗਰ ਮੈਨੂੰ ਇਹ ਪ੍ਰੋਮਿਸ ਕਰਦੇ ਹੋ ਕਿ ਮੇਰੀ ਟਾਈਪਿੰਗ ਜਿਹੜੀ ਹੈ ਉਹ 110% ਕਲੀਅਰ ਕਰ ਲਾਂਗਾ ਮੈਂ ਟਾਈਪਿੰਗ ਅਗਰ ਮੈਂ 110% ਕਲੀਅਰ ਕਰ ਲਾਂਗਾ ਤੇ ਅੱਜ ਤੁਹਾਨੂੰ ਮੈਂ ਇੱਕ ਐਜਾ ਮੈਥਡ ਦੇਵਾਂਗਾ ਕਿ ਜਿੰਦੇ ਨਾਲ ਤੁਹਾਡਾ ਰਿਟਰਨ ਵੀ ਨਹੀਂ ਰੁਕੇਗਾ ਰਿਟਨ ਵੀ ਤੁਹਾਡਾ ਜਿਹੜਾ ਉਹ ਨਹੀਂ ਰੁਕੇਗਾ ਉਹਦੀ ਅਸ਼ੋਰੈਂਸ ਦੇਣ ਵਾਸਤੇ ਤੁਹਾਡੇ ਨਾਲ ਮੈਂ ਅੱਜ ਆਇਆ ਠੀਕ ਹੈ ਜੀ ਆਪਾਂ ਹੁਣ ਉਹੀ ਚੀਜ਼ ਸਮਝ ਕੇ ਚੱਲਨੀ ਕਿ ਯਾਰ ਪੇਪਰ ਜਿਹੜਾ ਉਹ ਕ੍ਰੈਕ ਕਿਉਂ ਨਹੀਂ ਹੁੰਦਾ ਪਿਆ ਤੇ ਪੇਪਰ ਕਿਵੇਂ ਕ੍ਰੈਕ ਕਰਨਾ ਔਰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਮੈਂ ਹੋਰ ਦੇ ਦਿਆਂ ਕਿ ਦੇਖੋ ਐਡਵਰਟਾਈਜ਼ਮੈਂਟ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਕਿਤੇ ਵੀ 네ਗੇਟਿਵ ਮਾਰਕਿੰਗ ਜਿਹੜੇ ਬਾਰੇ ਉਹ ਆਪਾਂ ਨੂੰ ਨਹੀਂ ਦੱਸਿਆ ਹਜੇ ਤਾਂ ਉਹ ਚੀਜ਼ ਸ਼ੋਰ ਨਹੀਂ ਹੈ ਕਿ 네ਗੇਟਿਵ ਮਾਰਕਿੰਗ ਹੋਏਗੀ ਕਿ ਨਹੀਂ ਐਡਵਰਟਾਈਜ਼ਮੈਂਟ ਦੇ ਆਪਾਂ ਅਕੋਰਡਿੰਗ ਲੈ ਕੇ ਚੱਲੀਏ ਤਾਂ 네ਗੇਟਿਵ ਮਾਰਕਿੰਗ ਨਹੀਂ ਹੈਗੀ ਇਹ ਆਪਣੇ ਵਾਸਤੇ ਇੱਕ ਪਲੱਸ ਪੁਆਇੰਟ ਵੀ ਹੈ ਤੇ ਇੱਕ ਨੈਗੇਟਿਵ ਪੁਆਇੰਟ ਵੀ ਹੈ ਕਿ ਜਿਹੜੇ ਬੱਚੇ ਬਹੁਤ ਅੱਛੇ ਢੰਗ ਨਾਲ ਤਿਆਰੀ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਨੇ ਯਾਰ ਨੈਗੇਟਿਵ ਹੋਣਾ ਚਾਹੀਦਾ ਜਿਸ ਦੇ ਨਾਲ ਜਿਹੜਾ ਉਹ ਤੁੱਕੇ ਵਾਲਾ ਬੱਚਾ ਜਿਹੜਾ ਉਹ ਨਹੀਂ ਅੱਗੇ ਆਂਦਾ ਤਾਂ ਕੋਈ ਗੱਲ ਨਹੀਂ ਚਲੋ ਆਪਾਂ ਉਹ ਸਿਲੇਬਸ ਦੇ ਵਿੱਚ ਵੀ ਇਹਨਾਂ ਨੇ ਜਿਹੜੀ ਆਪਾਂ ਨੂੰ ਕਿਤੇ ਵੀ ਜਿਹੜੀ ਆ ਉਹ 0.25 ਜਿਹੜਾ ਆਪਣੇ ਹੁੰਦੀ ਹੈ ਨੈਗੇਟਿਵ ਦਾ ਉਹ ਵੀ ਨਹੀਂ ਆਪਾਂ ਨੂੰ ਦੱਸਿਆ ਅੱਜ ਜਿਹੜੀ ਮੇਨ ਹੈ ਜਿਹੜੀ ਵੀਡੀਓ ਬਣਾਣ ਕਿ ਆ ਰਹਿਆਂ ਕਿ ਆਪਾਂ ਕਿਹੜੇ ਸਬਜੈਕਟ ਚੋਂ ਕਿੰਨੇ ਨੰਬਰ ਲੈ ਸਕਦੇ ਆ ਕਿੱਥੋਂ ਕਿਹੜੀ ਚੀਜ਼ ਕਿੰਨੀ ਕੁ ਪੜ੍ਹ ਕੇ ਚਾਹੀਏ ਤਾਂ ਕਿ ਆਪਾਂ ਪੇਪਰ ਜਿਹੜਾ ਉਹ ਕਰੈਕ ਕਰ ਲਈਏ ਬਸ ਮੈਂ ਜੋ ਹੁਣ ਗੱਲ ਕਰਾਂਗਾ ਉਹ ਵਿਦਆਊਟ 네ਗੇਟਿਵ ਮਾਰਕਿੰਗ ਦੀ ਗੱਲ ਕਰਾਂਗਾ ਕਿ ਜੇ ਅਗਰ ਆਪਾਂ ਨੂੰ 네ਗੇਟਿਵ ਮਾਰਕਿੰਗ ਨਹੀਂ ਆਂਦੀ ਤਾਂ ਫਿਰ ਆਪਾਂ ਕਿਵੇਂ ਅਟੈਂਪਟ ਕਰਕੇ ਆਣਾ ਪੇਪਰ ਨੂੰ ਔਰ ਕਿੰਨੇ ਕੁ ਮਾਰਕਸ ਆਪਾਂ ਸਕੋਰ ਕਰੀਏ ਤਾਂ ਕਿ ਆਪਣਾ ਜਿਹੜਾ ਉਹ ਟਾਈਪਿੰਗ ਦੇ ਵੱਲ ਜਾਈਏ ਤਾਂ ਆਪਾਂ ਨੂੰ ਕੋਈ ਇਹ ਇਹ ਚਿੰਤਾ ਨਾ ਰਹੇ ਕਿ ਯਾਰ ਮੈਂ ਮੇਰਾ ਜਿਹੜਾ ਉਹ ਕੁਆਲੀਫਾਈ ਹੋਵਾਂਗਾ ਕਿ ਨਹੀਂ ਹੋਵਾਂਗਾ ਮੈਂ ਠੀਕ ਹੈ ਜੀ ਤੇ ਸਭ ਤੋਂ ਪਹਿਲਾ ਠੀਕ ਹੈ ਜੀ ਤਾਂ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਭਾਈ ਜਿਨ੍ਹਾਂ ਨੇ ਸਾਡੇ ਹੁਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੋ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਹਾਨੂੰ ਇਹ ਵੀਡੀਓ ਦੇਖਣ ਤੋਂ ਬਾਅਦ ਆਪਣੇ ਆਪ ਲੱਗਣ ਲੱਗ ਜਾਏਗਾ ਕਿ ਸਾਡਾ ਜਿਹੜਾ ਉਹ ਪੇਪਰ ਕਲੀਅਰ ਹੋ ਗਿਆ ਤੁਹਾਨੂੰ ਵੀਡੀਓ ਦੇਖਣ ਤੋਂ ਬਾਅਦ ਆਪਣੇ ਆਪ ਲੱਗਣ ਲੱਗ ਜਾਏਗਾ ਤਾਂ ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਦੇ ਰਹਾ ਜੀ ਆਪਾਂ ਨੂੰ ਰੀਜ਼ਨਿੰਗ ਗਾਈਜ਼ ਜਿਹੜੀ ਦਿੱਤੀ ਹੈ ਉਹ 15 ਮਾਰਕਸ ਹੀ ਦਿੱਤੀ ਹੈ ਹੁਣ ਤੱਕ ਜਿਹੜੇ ਵੀ ਆਪਣਾ ਪੇਪਰ ਹੋਏ ਆ ਜੇਲਡ ਵਾਰਡਨ ਦਾ ਦੇਖ ਲਓ ਤੁਸੀਂ ਜਿਹੜੇ ਵੀ ਪੀਟਰ ਪਲਸ ਵੀ ਨੇ ਕੰਡਕਟ ਕੀਤੇ ਆ ਪਟਵਾਰੀ ਦੇਖ ਲਓ ਪਟਵਾਰੀ ਦੇ ਦੋਵੇਂ ਪੇਪਰ ਦੇਖ ਲਓ ਔਰ ਉਸ ਤੋਂ ਬਾਅਦ ਆਪਣਾ ਜਿਹੜਾ ਐਕਸਰਸਾਈਜ਼ ਦਾ ਹੋਇਆ ਉਹ ਐਕਸਰਸਾਈਜ਼ ਵਾਲਾ ਪੇਪਰ ਦੇਖ ਲਓ ਤਾਂ ਕੋਈ ਵੀ ਐਜਾ ਸਟੂਡੈਂਟ ਨਹੀਂ ਸੀਗਾ ਕਿ ਜਿੰਨੂੰ ਰੀਜ਼ਨਿੰਗ ਟਫ ਲੱਗੀ ਹੋਵੇ ਠੀਕ ਹੈ ਜੀ ਮੇਰੇ ਕੋਲ 15 ਮਾਰਕਸ ਦੀ ਰੀਜ਼ਨਿੰਗ ਹੈ ਇਹਨੂੰ ਤੁਸੀਂ ਮੇਰੀਆਂ ਥੋੜੀਆਂ ਜਿਹੀਆਂ ਕਲਾਸਿਜ਼ ਵੀ ਜਿਹੜੀਆਂ ਵੀਡੀਓਜ਼ ਆਪਣੀਆਂ ਪਈਆਂ ਨੇ ਉਹ ਧਿਆਨ ਨਾਲ ਦੇਖ ਲਓ ਜਿੰਦੇ ਚ ਮੈਂ ਬਲੱਡ ਐਂਡ ਰਿਲੇਸ਼ਨ ਵੀ ਤੁਹਾਨੂੰ ਅੱਛੇ ਢੰਗ ਨਾਲ ਕਵਰ ਕੀਤਾ ਹੋਇਆ ਹੈ ਠੀਕ ਹੈ ਜੀ ਕੋਡਿੰਗ ਡੀਕੋਡਿੰਗ ਵੀ ਜਿਹੜੀ ਆ ਮੇਰੀ YouTube ਦੇ ਉੱਪਰ ਪਈ ਹੋਈ ਹੈ ਤੁਸੀਂ ਆਰਾਮ ਨਾਲ ਦੇਖ ਕੇ ਚਲੋ ਜੁਰ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਤੁਹਾਡੇ ਕੁਐਸਚਨ ਜਿਹੜੇ ਨੇ ਉਹ ਸਿੱਧਾ ਸਿੱਧਾ ਉਹਦੇ ਵਿੱਚੋਂ ਹੀ ਆ ਜਾਣਗੇ ਆਰਾਮ ਨਾਲ ਸਿਰਫ ਇੱਕ ਵਾਰੀ ਧਿਆਨ ਨਾਲ ਉਹਨਾਂ ਨੂੰ ਦੇਖ ਲਓ ਚੰਗੀ ਤਰ੍ਹਾਂ ਠੀਕ ਹੈ ਜੀ ਕੋਡਿੰਗ ਡੀਕੋਡਿੰਗ ਹੋ ਗਿਆ ਨੰਬਰ ਸੀਰੀਜ਼ ਹੋ ਗਿਆ ਇਹ ਐਦਾਂ ਦੇ ਟੌਪਿਕ ਨੇ ਜੀ ਕਿ ਜਿਹੜੇ ਪੇਪਰ 'ਚ ਜਿਹੜਾ ਫਸਟ ਟਾਈਮ ਵੀ ਕੋਚਿੰਗ ਲੈ ਰਿਹਾ ਜਾਂ ਜਿਹੜਾ ਨਵੀਂ-ਨਵੀਂ ਜਿੰਨੇ ਉਹਨੇ ਸਟਾਰਟ ਕੀਤੀ ਹੈ ਉਹ ਵੀ ਬੱਚਾ ਜਿਹੜਾ ਉਹ ਰੀਜ਼ਨਿੰਗ ਅੱਛੀ ਕਰੈਕ ਕਰ ਲੇਗਾ ਤਾਂ ਮੈਂ 15 ਦੇ ਵਿੱਚੋਂ ਲਾਨਾ ਕਿ ਰੀ ਉਹ 12 ਨੰਬਰ ਲੋ ਤੋਂ ਲੋ ਵੀ ਆਪਾਂ ਨਾਲ ਲੈ ਕੇ ਚੱਲਨੇ ਆ ਕਿ 10 ਨੰਬਰ ਜਿਹੜੇ ਉਹ ਮੈਂ ਲੱਲਾਂਗਾ 12 ਵਧੀਆ ਅਟੈਂਪਟ ਕਰਨ ਵਾਲਾ ਬੱਚਾ ਤੇ 10 ਜਿਹੜਾ ਹੈਗਾ ਉਹ ਠੀਕ ਠਾਕ ਅਟੈਂਪਟ ਕਰਨ ਵਾਲਾ ਬੱਚਾ ਲੈ ਦੇਗਾ ਔਰ ਕੁਝ ਐਜੇ ਵੀ ਹੋਣਗੇ ਕਿ ਜਿਹੜੇ 15 ਆਊਟ ਆਫ 15 ਵੀ ਸਕੋਰ ਕਰਨਗੇ ਬਹੁਤ ਆਰਾਮ ਨਾਲ ਸਟੂਡੈਂਟ ਹੋਣਗੇ ਰੀਜ਼ਨਿੰਗ ਦੇ ਵਿੱਚੋਂ ਜਿਹੜੇ 15 ਆਊਟ ਆਫ 15 ਆਪਾਂ ਫਿਰ ਮੈਂ ਉਹੀ ਕਹੀ ਨਾ ਕਿ ਤੁਸੀਂ ਇਹ ਨਾਲ ਲੈ ਕੇ ਚੱਲਿਆ ਕਰੋ ਕਿ ਯਾਰ ਮੈਂ ਟਾਪ ਕਰਨਾ ਹੈ ਤੇ ਮੈਂ ਇਹ ਕਰਨਾ ਹੈ ਆਪਾਂ ਸਿਰਫ ਪੇਪਰ ਕਲੀਅਰ ਕਰਨਾ ਆਪਦਾ ਆਪਾਂ ਨੂੰ ਇਹ ਨਹੀਂ ਹੈਗਾ ਕਿ ਮੈਂ ਦੇਖੋ ਜਿਹੜਾ ਬੰਦਾ ਫਰਸਟ ਆਏਗਾ ਉਹ ਵੀ ਕਲਰਕੀ ਲੱਗੇਗਾ ਤੁਸੀਂ 8ਵੇਂ ਨੰਬਰ ਤੇ ਆਓਗੇ 10ਵੇਂ ਤੇ ਆਓਗੇ ਲਗਣਾ ਤੁਸੀਂ ਵੀ ਕਲਰਕਾ ਪਰ ਪੇਪਰ ਜਿਹੜਾ ਕਰਨਾ ਕਿਵੇਂ ਆਪਾਂ ਉਹਦੇ ਤੇ ਅੱਜ ਗੱਲ ਕਰਨੀ ਹੈ ਅੱਗੇ ਆ ਜੀਏ ਮੈਥ ਤੇ ਜਿਹੜਾ ਆਪਾਂ ਨੂੰ ਸਭ ਨੂੰ ਜ਼ਿਆਦਾ ਸਿਖੀ ਸਭ ਤੋਂ ਜ਼ਿਆਦਾ ਪ੍ਰੋਬਲਮ ਦਿੰਦਾ ਔਰ ਕਿਸੇ ਵਾਸਤੇ ਬੜਾ ਰਾਹਤ ਦਾ ਸਬਜੈਕਟ ਹੈ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਯਾਰ ਮੈਥਸ ਹੋਣਾ ਚਾਹੀਦਾ ਔਰ ਮੈਥਸ ਬੜਾ ਵਧੀਆ ਆਇਆ ਸੀਗਾ ਈਜ਼ੀ ਆਇਆ ਸੀਗਾ ਮੈਂ ਸੋਲਵ ਕਰ ਸਕਣਾ ਦੇਖੋ ਯਾਰ ਗਾਈਜ਼ ਹੁਣ ਮੈਥ ਸਾਰਾ ਦਾ ਸਾਰਾ ਆਪਾਂ ਇਹਨਾਂ ਸ਼ਾਰਟ ਟਾਈਮ ਦੇ ਵਿੱਚ ਪੂਰਾ ਨਹੀਂ ਕਰ ਸਕਦੇ ਆਪਾਂ ਸਿਰਫ ਜਿਹੜੇ ਆ ਉਹ ਮੇਜਰ ਟਾਪਿਕਸ ਛੱਕ ਸਕਦੇ ਆ ਮੇਜਰ ਟਾਪਿਕਸ ਦੇਖੋ ਮੈਂ ਇੱਕ ਬੁੱਧਵਾਰ ਮੈਰਾਥਨ ਕਲਾਸ ਲਗਾਨੀ ਹੈ ਜਿੰਦੇ ਚ ਕਲੌਕ ਕੈਲੰਡਰ ਸਿੰਪਲ ਇੰਟਰਸਟ ਕੰਪਾਊਂਡ ਅ ਪ੍ਰੋਬਲਮ ਔਨ ਟ੍ਰੇਨਸ ਤੇ ਐਵਰੇਜ ਔਰ ਰੇਸ਼ੋ ਤੁਹਾਨੂੰ ਉਹਦੇ ਐਦਾਂ ਦੇ ਕੁਐਸਚਨ ਇੱਕ ਸੋਲਵ ਕਰਵਾ ਕੇ ਦਾਂਗਾ ਤੁਸੀਂ ਪੇਪਰ 'ਚ ਬਹਿ ਕੇ ਭਾਵੇਂ ਮੈਨੂੰ ਥੈਂਕ ਯੂ ਕਰੋਗੇ ਹियर ਕਲਾਸ ਜਿਹੜੇ ਮੈਰਾਥਨ 'ਚ ਕਰਾਇਆ ਸੀਗਾ ਉਹ ਐਜ਼ ਅ ਟੈਸਟ ਚੀਜ਼ ਆ ਗਈ ਕਲੌਕ ਤੇ ਕੈਲੰਡਰ ਦੀ ਵੀਡੀਓ ਸਾਡੀ ਆਲਰੇਡੀ ਜਿਹੜੀਆਂ ਨੇ YouTube ਚੈਨਲਸ ਤੇ ਪਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਬਹੁਤ ਵਧੀਆ ਢੰਗ ਨਾਲ ਜਿਹੜਾ ਉਹ ਕੁਐਸਚਨ ਸੋਲਵ ਕਰਾਇਆ ਔਰ ਬਹੁਤ ਸਾਰੇ ਕੁਐਸਚਨ ਲਾਸਟ ਪੇਪਰ ਚੋਂ ਆਏ ਨੇ ਕਰਾਏ ਹੋਏ ਆਪਣੇ ਤਾਂ ਮੈਂ ਮੰਨਾਂ ਕਿ 15 15 ਦਾ ਅਗਰ ਮੈਥਸ ਹੈ ਤੱਕ ਜਿਹੜਾ ਅੱਛਾ ਸਟੂਡੈਂਟ ਹੋਏਗਾ ਜਿਹੜਾ ਅੱਛਾ ਸਟੂਡੈਂਟ ਹੈ ਉਹ ਇਹਨਾਂ ਦੇ ਵਿੱਚੋਂ 12 ਤੋਂ 13 ਨੰਬਰ ਲੈ ਲੇਗਾ ਮੈਂ ਅੱਛੇ ਵਾਸਤੇ ਵੀ 11 ਨੰਬਰ ਲਾ ਲੈਣਾ ਤੇ ਜਿਹੜਾ ਲੋਅਰ ਲੈਵਲ ਦਾ ਬੱਚਾ ਉਹ 8 ਨੰਬਰ ਲਵੇਗਾ ਠੀਕ ਹੈ ਨਾ ਉਹ ਦੇਖੋ 네ਗੇਟਿਵ ਮਾਰਕਿੰਗ ਹੈ ਨਹੀਂਗੀ ਅਗਰ ਆਪਾਂ 네ਗੇਟਿਵ ਮਾਰਕਿੰਗ ਨਹੀਂ ਕਨਸੀਡਰ ਕਰਕੇ ਚੱਲਦੇ ਤੇ ਇਹ ਨੰਬਰ ਜਿਹੜੇ ਨੇ ਹੋਰ ਜ਼ਿਆਦਾ ਵੀ ਜਾ ਸਕਦੇ ਨੇ ਆਪਣੇ ਆਪਾਂ ਜ਼ਿਆਦਾ ਵੀ ਨੰਬਰ ਲੈ ਸਕਦੇ ਆ ਇਹਨਾਂ ਦੇ ਵਿੱਚੋਂ ਅੱਗੇ ਆ ਜੀ ਆਪਾਂ ਦੇਖੋ ਇੰਗਲਿਸ਼ ਔਰ ਪੰਜਾਬੀ ਤੇ ਇੰਗਲਿਸ਼ ਪੰਜਾਬੀ ਕੀ ਕਹਿੰਦੇ ਆ ਉਹ ਦੇਖੋ ਇੰਗਲਿਸ਼ ਪੰਜਾਬੀ ਦੋਵੇਂ ਆਪਣੇ ਕੋਲ 15-1 ਪੰਜਾਬ ਤੋਂ ਹੈਗੇ ਆ ਤਾਂ ਪੰਜਾਬੀ ਦੀ ਮੇਰੇ ਖਿਆਲ ਨਾਲ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਪੰਜਾਬੀ ਦੀ ਆਪਾਂ ਨੂੰ ਇਨੀ ਪ੍ਰੋਬਲਮ ਨਹੀਂ ਆਉਂਦੀ ਆਪਾਂ ਇੰਗਲਿਸ਼ ਨੂੰ ਛੱਡ ਹੀ ਦਈਏ 30 ਮਾਰਕਸ ਹੈ ਆਪਾਂ ਇਹਦੇ ਵਿੱਚੋਂ ਕਿਵੇਂ ਸਕੋਰ ਕਰ ਸਕਦੇ ਆ ਆਪਾਂ ਉਹ ਚੀਜ਼ ਦੇਖਣੀ ਹੈ ਕਿਹੜੇ-ਕਿਹੜੇ ਚੀਜ਼ਾਂ ਨਾਲ ਕਵਰ ਕਰਕੇ ਆਪਾਂ ਇਹ ਜਿਹੜਾ ਪੋਰਸ਼ਨ ਆ ਨੂੰ ਆਪਾਂ ਵਧੀਆ ਢੰਗ ਨਾਲ ਕਲੀਅਰ ਕਰ ਸਕਦੇ ਆ ਦੇਖੋ ਮੇਰੀ ਪੰਜਾਬੀ ਹੈ ਉਹ 15 ਨੰਬਰ ਦੀ ਆਣੀ ਹੈ ਮੈਨੂੰ ਪਤਾ ਹੈ ਪੰਜਾਬੀ ਜਿਹੜੀ ਉਹ 15 ਨੰਬਰ ਦੀ ਆਣੀ ਹੈ ਔਰ ਜਿੰਨੇ ਵੀ ਜਨੇ ਤਿਆਰੀ ਕਰਦੇ ਪਿਓ ਚਾਹੇ ਤਿਆਰੀ ਨਹੀਂ ਕਰਦੇ ਪੇ ਪਹਿਲੀ ਵਾਰਾ ਵੀ ਜਿਹੜਾ ਬੱਚਾ ਦੇਨ ਜਾਏਗਾ ਉਹ ਨਾਣਾ ਕਰਦਾ ਪੰਜਾਬੀ ਦੇ ਵਿੱਚੋਂ 11 ਨੰਬਰ ਤਾਂ ਲੈ ਲਈ ਲੇਗਾ 11 ਨੰਬਰ ਤਾਂ ਪੰਜਾਬੀ ਚੋਂ ਲੈ ਲੇਗਾ ਠੀਕ ਹੈ ਜੀ 네ਗੇਟਿਵ ਹੈਗੀ ਹੈ ਨਹੀਂ ਹੈਗੀ ਤਾਂ ਵੀ 11 ਨੰਬਰ ਉਹਦੇ ਕਿਤੇ ਨਹੀਂ ਗਏ ਇੰਗਲਿਸ਼ ਤੇ ਆ ਜੀ ਮੈਂ ਜ਼ਿਆਦਾ ਲੰਬੀ ਵੀਡੀਓ ਨਹੀਂ ਜ਼ਿਆਦਾ ਡਿਟੇਲ ਚ ਨਹੀਂ ਮੈਂ ਸਿਰਫ ਤੁਹਾਨੂੰ ਇਹ ਦੱਸਣ ਵਾਸਤੇ ਅੱਜ ਆਇਆ ਕਿ ਆਪਾਂ ਕੀ ਕੀ ਪੜ੍ਹ ਕੇ ਜਾਣਾ ਬਸ ਇੰਗਲਿਸ਼ ਤੇ ਵਿੱਚ ਆ ਜੀ ਦੇਖੋ ਹੁਣ ਇੰਗਲਿਸ਼ ਜਿਹੜਾ ਹੈਗਾ ਉਹ ਨੇਵਰ ਐਂਡਿੰਗ ਟੌਪਿਕ ਹੈ ਠੀਕ ਹੈ ਜੀ ਜੋ ਮੈਨੂੰ ਲੱਗਦਾ ਹੈ ਜੋ ਪੀ ਟਰਪਲ ਐਸ ਵੀ ਕਰਦਾ ਉਹ ਦੇਖੋ ਆਪਾਂ ਨੂੰ ਐਂਟੋਨੀਅਮ ਸੋਨੋਨੀਅਮ ਦੇ ਦਿੰਦੇ ਆ ਉਹਨਾਂ ਐਂਟੋਨੀਅਮ ਸੋਨੋਨੀਅਮ ਜਿਹੜਾ ਉਹ ਨੈਵਰ ਐਂਡਿੰਗ ਨੇ ਯਾਰ ਪਤਾ ਨਹੀਂ ਕਿੱਥੋਂ ਆ ਜਾਣਾ ਕਿਵੇਂ ਆ ਜਾਣਾ ਤਾਂ ਆਪਾਂ ਹੁੰਦੇ ਤੇ ਟਾਈਮ ਕਿਉਂ ਲਾ ਕੇ ਚਲੀਏ ਪਰ ਮੈਂ ਤੁਹਾਨੂੰ ਫਿਰ ਇੱਕ رائے ਦਿਆਂਗਾ ਕਿ ਪੰਜਾਬ ਦੇ ਲਾਸਟ ਜਿੰਨੇ ਵੀ ਪੇਪਰ ਦੇਖੋ ਤੁਹਾਨੂੰ ਮੈਂ ਇਹਦੀ ਪੀਡੀਐਫ ਵੀ ਪ੍ਰੋਵਾਈਡ ਕਰਵਾ ਦਾਂਗਾ ਇੱਕ ਦੋ ਦਿਨ ਵੇਟ ਕਰੋ ਕਿ ਪੰਜਾਬ ਦੇ ਲਾਸਟ ਜੰਨੇ ਵੀ ਹੁਣ ਤੱਕ ਐਂਟੋਨੀਅਮ ਸਨੋਨੀਅਮ ਤੇ ਵਨ ਵਰਡ ਸਬਸਟੀਟਿਊਸ਼ਨ ਜਿਹੜੇ ਉਹ ਆਏ ਨੇ ਉਹ ਤੁਹਾਨੂੰ ਇੱਕੋ ਪੀਡੀਐਫ ਦੇ ਵਿੱਚ ਪ੍ਰੋਵਾਈਡ ਕਰ ਦਾਂਗਾ ਕਿ ਸਿਰਫ ਇੱਕ ਵਾਰੀ ਆਪਾਂ ਨਿਗਾਹ ਮਾਰ ਕੇ ਚਲੇ ਜਾਈਏ ਇੱਕ ਵਾਰੀ ਆ ਦੀ ਸਿਰਫ ਨਿਗਾਹ ਮਾਰ ਕੇ ਚਲੇ ਜਾਈਏ ਕਿ ਪਤਾ ਆਪਣੀ ਕਿਸਮਤ ਅੱਛੀ ਹੋਈ ਦੋ ਐਂਟੋਨੀਅਮ ਜਾਂ ਦੋ ਸਨੋਨੀਅਮ ਆਪਣੇ ਉਹਦੇ ਵਿੱਚੋਂ ਹੀ ਆ ਜਾਣ ਆਣੇ ਲਾਸਟイヤー ਪੇਪਰ ਚ ਹੀ ਐ ਆਣੇ ਲਾਸਟイヤー ਪੇਪਰ ਦੇ ਵਿੱਚੋਂ ਹੀ ਐ ਤੁਸੀਂ ਇੰਗਲਿਸ਼ 'ਚੋਂ ਅਗਰ ਸਕੋਰ ਕਰਨਾ ਹੈ ਤਾਂ ਜੋ ਮੈਨੂੰ ਲੱਗਦਾ ਉਹ ਤੁਸੀਂ ਐਕਟਿਵ ਵਾਇਸ ਤੇ ਪੈਸਿਵ ਵਾਇਸ ਮਤਲਬ ਜਿਹੜਾ ਵਾਇਸ ਵਾਲਾ ਪਾਰਟ ਆ ਉਹ ਕਵਰ ਕਰ ਲਓ ਪ੍ਰੈਪੋਜੀਸ਼ਨਸ ਕਵਰ ਕਰ ਲਓ and narration narration ਇਹ ਤਿੰਨ ਟਾਪਿਕ ਕਰ ਲੋ ਔਰ ਨਾਲ ਆਪਣੀ ਐਂਟੋਨੀਮਸ ਸਿਨੋਨੀਮ ਦੀ ਜਿਹੜੀ ਪੀਡੀਐਫ ਹੋएगी ਉਹਨੂੰ ਆਮ ਨਾਲ ਰੀਡ ਕਰਕੇ ਚਲੇ ਚੋ ਮੈਂ ਪ੍ਰੋਮਿਸ ਕਰਨਾ ਕਿ ਅਗਰ ਤੁਸੀਂ ਇਹ ਤਿੰਨ ਚੀਜ਼ਾਂ ਵੀ ਕਰਕੇ ਜਾਂਦੇ ਹੋ ਪ੍ਰੈਪੋਜੀਸ਼ਨ ਥੋੜੇ ਟੰਗ ਨਾਲ ਪ੍ਰੈਪੋਜੀਸ਼ਨ ਅੱਛੇ ਲੈਵਲ ਦੀ ਤੁਹਾਨੂੰ ਮੈਂ ਮੈਮ ਨੂੰ ਸਪੈਸ਼ਲ ਕਹਿ ਦਾਂਗਾ ਕਿ ਪ੍ਰੈਪੋਜੀਸ਼ਨ ਦੇ ਕਲਾਸ ਵੀ ਤੁਹਾਨੂੰ ਜਿਹੜੀ ਆ ਉਹ ਪ੍ਰੋਵਾਈਡ ਕਰ ਦੇਣਗੇ ਕਿ ਪੰਜਾਬੀ ਚ ਵਗੈਰ ਆਪਾਂ 11 ਲਏ ਨੇ ਔਰ ਮੈਂ ਕਹਿਣਾ ਕਿ ਸਿਰਫ 5 ਨੰਬਰ ਹੀ ਮੈਂ ਇੰਗਲਿਸ਼ ਚੋਂ ਲੈਣੇ ਪੰਜ ਨੰਬਰ ਹੀ ਸਿਰਫ ਆਪਾਂ ਇੰਗਲਿਸ਼ ਦੇ ਵਿੱਚੋਂ ਲੈਣੇ ਆ ਆ ਜਾਣਗੇ ਪੰਜ ਜੀ ਸਾਰੇ ਦੇ ਸਾਰੇ ਤੇ ਸਾਰਿਆਂ ਦੇ ਆ ਜਾਣਗੇ ਪੰਜ ਤਾਂ ਬਈ ਅੱਗੋ ਆਜੋ ਅੱਗੋ ਆਜੋ ਅੱਗੋ ਦੇਤੀ ਜੀ ਆਪਾਂ ਨੂੰ ਜੀਕੇ ਉਹਨਾਂ ਨੇ ਅੱਗੋ ਦੇਤੀ ਜੀਕੇ ਆਪਾਂ ਨੂੰ ਜੀਕੇ ਉਹਨੂੰ ਦੇਖੋ ਫਿਰ ਉਹੀ ਗੱਲ ਆਪਾਂ ਨੂੰ ਨਜ਼ਰ ਆ ਰਿਹਾ ਕਿ ਬਹੁਤ الواਸਟ ਸਿਲੇਬਸ ਆ ਯਾਰ ਕਰੰਟ ਅਫੇਅਰ ਕਿੱਥੋਂ ਪੜਾਂਗੇ ਹਿਸਟਰੀ ਕਿੱਥੋਂ ਪੜਾਂਗੇ ਜੀਓਗ੍ਰਾਫੀ ਇਹ ਉਹ ਗੱਲ ਹੈ ਨਾ ਕਿ ਦੇਖੋ ਉਹਨਾਂ ਨੇ ਤਾਂ ਦੇਣਾ ਆਪਾਂ ਨੂੰ ਅਗਲੇ ਨੇ ਅਗਲੇ ਨੇ ਤਾਂ ਆਪਾਂ ਨੂੰ ਡਰਾਣਾ ਹੈ ਕਿ ਬਈ ਯਾਰ ਅਸੀਂ ਇੰਨਾ ਕੁਝ ਪੜ੍ਹਨਾ ਹੈ ਇਹ ਪਰ ਮੈਂ ਸਟਿਲ ਤੁਹਾਨੂੰ ਕਹਾਂਗਾ ਕਿ ਤੁਸੀਂ ਪੋਲੀਟੀ ਮਾਡਰਨ ਹਿਸਟਰੀ ਕੋਈ ਐਂਸ਼ੀਅੰਟ ਪੜ੍ਹਨ ਦੀ ਲੋੜ ਨਹੀਂ ਕੋਈ ਮੀਡੀਵਲ ਪੜ੍ਹਨ ਦੀ ਲੋੜ ਨਹੀਂ ਨਾ ਕੁਸ਼ਨ ਆਇਆ ਤੇ ਨਾ ਹੀ ਆਪਾਂ ਨੂੰ ਆਉਂਦਾ ਤੀਜੀ ਚੀਜ਼ ਸਟੈਟਿਕ ਜੀਕੇ ਸਟੈਟਿਕ ਜੀਕੇ ਦੇ ਵਿੱਚ ਉਹੀ ਆਪਣੇ ਕਿਹੜਾ ਡੈਮ ਵੀ ਕਿੱਥੇ ਹੈਗਾ ਰਿਵਰਸ ਤੋਂ ਰਿਲੇਟਡ ਹੋ ਗਿਆ ਥੋੜਾ ਬਹੁਤ ਪਾਰਟ ਇਕਨੋਮੀ ਦਾ ਪੀਟ੍ਰੀਪਲੱਸਬੀ ਕਲਰਕ ਜਿਹੜਾ ਹੈਗਾ ਨਾ ਉਹਦੇ ਵਿੱਚ ਇਕਨੋਮੀ ਜਿਹੜਾ ਉਹ ਪੋਰਸ਼ਨ ਬਹੁਤ ਆਪਣਾ ਇੰਪੋਰਟੈਂਟ ਲੈ ਕੇ ਰਹੇਗਾ ਕਿ ਜਿਵੇਂ ਆਪਣਾ ਨੈਸ਼ਨਲ ਇਨਕਮ ਤੇ ਹੋ ਗਿਆ ਨੈਸ਼ਨਲ ਇਨਕਮ ਲਾਈਕ ਜੀਡੀਪੀ ਕੀ ਹੁੰਦੀ ਹੈ ਜੀਐਨਪੀ ਕੀ ਹੁੰਦਾ ਨੈਸ਼ਨਲ ਇਨਕਮ ਹੋ ਗਿਆ 5 ਇਅਰ ਪਲਾਨਸ ਵੇਰੀ 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 ਇੰਪੋਰਟੈਂਟ ਇੱਕ ਕੁਐਸਚਨ ਤੁਸੀਂ ਅੱਜ ਕਹਿ ਲਓ ਡੈਫੀਨੇਟ ਲੈ ਕੇ ਚੱਲੋਗੇ ਕਿ 5 ਇਅਰ ਪਲਾਨ ਦੇ ਉੱਪਰ ਤੁਹਾਨੂੰ ਆਣਾ ਹੈ ਕਿ ਫਰਸਟ 5 ਇਅਰ ਪਲਾਨ ਕਿੰਦੇ ਤੇ ਬੇਸਡ ਹੈ ਸੈਕੰਡ 5 ਇਅਰ ਪਲਾਨ ਕਿੰਦੇ ਤੇ ਬੇਸਡ ਹੈ ਇਹ ਦੋ ਕੁਐਸਚਨਸ ਦੇ ਵਿੱਚੋਂ ਹੀ ਤੁਹਾਨੂੰ ਇੱਕ ਕੁਐਸਚਨ ਪੁੱਛ ਲੈਣਾ ਉਹਨਾਂ ਨੇ ਕਿ ਤੁਸੀਂ ਇਹ ਸਮਝ ਲਓਗੇ ਪੇਪਰ ਭਾਵੇਂ ਮੈਂ ਹੀ ਸੈੱਟ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਆ ਗਿਆ ਸਪੋਰਟਸ ਤੋਂ ਰਿਲੇਟਿਡ ਸਿਨੇਮਾ ਤੋਂ ਰਿਲੇਟਿਡ ਇਹ ਕੁਝ ਬੇਸਿਕ ਜਿਹੇ ਕੁਐਸਚਨਸ ਨੇ ਜਿਹੜੇ ਵਾਰੀ-ਵਾਰੀ ਰਿਪੀਟ ਹੁੰਦੇ ਪਏ ਆ ਵਾਰੀ-ਵਾਰੀ ਰਿਪੀਟ ਹੁੰਦੇ ਪ ਤੁਹਾਨੂੰ ਇਹ ਜਿਹੜਾ ਉਹ ਸਟੈਟਿਕ ਪੋਰਸ਼ਨ ਦੇ ਵਿੱਚੋਂ ਮਿਲ ਜੇਗਾ ਤੁਸੀਂ ਅਰਹੰਤ ਲੈ ਰਹੇ ਹੋ ਅਰਹੰਤ ਪੜ੍ਹ ਲਓ ਲਿਊਸਨਡ ਕਰ ਰਹੇ ਹੋ ਲਿਊਸਨਡ ਚ ਪੜ੍ਹ ਲਓ ਤੁਹਾਨੂੰ ਸਟੈਟਿਕ ਦੇ ਵਿੱਚ ਮਿਲ ਜੇਗਾ ਠੀਕ ਹੈ ਜੀ ਨੈਕਸਟ ਆ ਗਿਆ ਜੀ ਆਈਸੀਟੀ 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 ਆਪਣਾ ਹੋ ਗਿਆ ਜੀ ਕੰਪਿਊਟਰ ਤੋਂ ਰਿਲੇਟਡ ਬੇਸਿਕ ਆਫ ਕੰਪਿਊਟਰ ਨੈਟਵਰਕ ਇੰਟਰਨੈਟ ਇਹ ਉਹ ਜੋ ਵੀ ਆਪਾਂ ਨੂੰ 20 ਨੰਬਰ ਦਾ ਆਇਆ ਹੋਇਆ ਹੈ ਅੱਛਾ ਜੀਕੇ ਜੋ ਆਪਾਂ ਸਕੋਰ ਕਿੰਨੇ ਕਰਨੇ ਆ ਦੇਖੋ ਮੈਂ ਫਿਰ ਉਹੀ ਕਾਂਗਾ 20 ਦੇ ਵਿੱਚੋਂ ਜਿਹੜਾ ਅੱਛਾ ਸਟੂਡੈਂਟ ਹੋਏਗਾ ਜਿਹੜਾ ਪੜ ਰਿਹਾ ਉਹ 13 ਤੋਂ 14 ਲੈ ਲੇਗਾ ਪਰ ਮੈਂ ਸਟਿਲ ਫਿਰ ਉਹਦੇ ਵੀ 12 ਲਾ ਰਿਹਾ ਤੇ ਜਿਹੜਾ ਮਾੜਾ ਸਟੂਡੈਂਟ ਹੈ ਉਹ 10 ਲੈ ਲੇਗਾ ਜਿਹੜਾ ਮਾੜਾ ਸਟੂਡੈਂਟ ਹੈ ਉਹ 10 ਲੈ ਲੂਗਾ ਕੰਪਿਊਟਰ ਕੰਪਿਊਟਰ ਦਾ ਗਾਈਜ਼ ਮੈਂ ਤੁਹਾਨੂੰ ਕਹਿ ਲਓ ਲਾਈਵ ਔਨਲਾਈਨ ਤੁਹਾਨੂੰ ਇੱਕ ਪ੍ਰੋਮਿਸ ਕਰਦਾ ਪਿਆ ਕਿ ਤੁਹਾਨੂੰ ਮੈਂ ਇੱਕ ਕਲਾਸ ਦੇਵਾਂਗਾ 3 ਤੋਂ 4 ਘੰਟੇ ਦੀ ਤਿੰਨ ਤੋਂ 4 ਘੰਟੇ ਦੀ ਇੱਕ ਕਲਾਸ ਦੇਵਾਂਗਾ ਮੈਂ ਜਿੰਦੇ ਚ ਸਾਰਾ ਦਾ ਸਾਰਾ ਕੰਪਿਊਟਰ ਆਪਾਂ ਕਵਰ ਕਰਾਂਗੇ ਔਰ ਮੈਂ ਪ੍ਰੋਮਿਸ ਕਰਦਾ ਹਾਂ 4 ਘੰਟਿਆਂ ਦੀ ਕਲਾਸ ਦੇ ਵਿੱਚੋਂ ਤੁਹਾਨੂੰ 18 ਨੰਬਰ ਮੈਂ ਲੈ ਕੇ ਦੇਵਾਂਗਾ ਇਹ ਗੱਲ ਮੇਰੀ ਫਿਰ ਰਿਪੀਟ ਸੁਣ ਲਓ ਤੁਸੀਂ ਕਿ ਤੁਹਾਨੂੰ ਕਹਿ ਰਿਹਾ ਮੈਂ ਕਿ ਤਿੰਨ ਤੋਂ 4 ਘੰਟੇ ਦੀ ਕਲਾਸ ਮੈਂ ਕੰਪਿਊਟਰ ਦੀ ਤੁਹਾਨੂੰ ਦੇਵਾਂਗਾ ਬਿਫੋਰ ਐਗਜ਼ਾਮ ਆਰਾਮ ਨਾਲ ਬੈਠ ਕੇ ਉਹ ਵੀਡੀਓ ਨੂੰ ਦੋ ਵਾਰੀ ਸੁਣ ਲਿਆ ਜੇ ਲਾਈਵ ਸੈਸ਼ਨ ਅਟੈਂਡ ਕਰਿਆ ਜੇ ਤੁਹਾਡੇ 20 ਦੇ ਵਿੱਚੋਂ 18 ਨੰਬਰ 20 ਆਊਟ ਆਫ 20 ਕੋਸ਼ਨ ਤੁਹਾਨੂੰ ਉਹ 4 ਘੰਟੇ ਦੀ ਵੀਡੀਓ ਚ ਮਿਲਣਗੇ 18 ਮਾਰਕਸ ਤੁਹਾਡੇ ਕਿਤੇ ਨਹੀਂ ਗਏ ਜਿਹੜਾ ਆਪਾਂ ਲੋਸ ਇੰਗਲਿਸ਼ ਦੇ ਵਿੱਚੋਂ ਲਿਆ ਜਾਂ ਮੈਥਸ ਤੋਂ ਲਿਆ ਉਹ ਸਾਰਾ ਦਾ ਸਾਰਾ ਆਪਾਂ ਕੰਪਿਊਟਰ ਤੋਂ ਪੂਰਾ ਕਰਨਾ ਉਹ ਸਾਰਾ ਦਾ ਸਾਰਾ ਕੀ ਆਪਾਂ ਕੰਪਿਊਟਰ ਤੋਂ ਕਵਰ ਕਰਨਾ ਅੱਗੇ ਆਜੋ ਪੰਜਾਬ ਜੀਕੇ ਪੰਜਾਬ ਜੀਕੇ ਪੰਜਾਬ ਜੀਕੇ ਦੀ ਕਲਾਸ ਵੀ ਜਿਹੜੀ ਜਿਵੇਂ ਤੁਹਾਨੂੰ ਮੈਂ ਕੰਪਿਊਟਰ ਦੀ ਕਹਿ ਰਿਹਾ ਤਿੰਨ ਤੋਂ 4 ਘੰਟੇ ਅਸੀਂ ਕਲਾਸ ਜਿਹੜੀ ਹੈ ਉਹ ਕੰਪਿਊਟਰ ਦੀ ਰੱਖਾਂਗੇ ਉਵੇਂ ਇੱਕ ਦਿਨ ਕਲਾਸ ਜਿਹੜੀ ਆ ਉਹ 3 ਤੋਂ 4 ਘੰਟੇ ਅਸੀਂ ਪੰਜਾਬ ਜੀਕੇ ਦੇ ਵੀ ਰੱਖਾਂਗੇ ਜਿੰਦੇ ਚ ਪੰਜਾਬ ਦੀ ਐਂਸ਼ੀਅੰਟ ਹਿਸਟਰੀ ਤੋਂ ਲੈ ਕੇ ਐਂਡ ਤੱਕ ਆਪਣਾ 1947 ਨਿਊ ਪੰਜਾਬ ਅੱਜ ਦਾ ਸੀਐਮ ਜਿਹੜਾ ਹੈ ਉਹ ਕੌਣ ਹੈ ਕਿਵੇਂ ਹੈ ਸਾਰੀ ਦੀ ਸਾਰੀ ਚੀਜ਼ ਕਵਰ ਕਰਾਂਗੇ ਆਪਣੇ ਗਹਿਣੇ ਤੋਂ ਰਿਲੇਟਡ ਹੋ ਗਿਆ ਗਹਿਣਿਆਂ ਦੀ ਟਰਿਕ ਕਰਾਵਾਂਗੇ ਜਿਹਨੇ ਦੇ ਉੱਤੇ ਕੁਸ਼ਣ ਆਂਦਾ ਉਹਨੂੰ ਕਿਵੇਂ ਆਪਾਂ ਯਾਦ ਕਰਕੇ ਚੱਲਣਾ ਹੈ ਬੁక్స్ ਐਂਡ ਆਥਰ ਦੇ ਉੱਪਰ ਸਹਿਤਿਆ ਅਕੈਡਮੀ ਅਵਾਰਡ ਜੋ ਵੀ ਕੁਸ਼ਣ ਪੰਜਾਬ ਜੀਕੇ ਦਾ ਬੰਦਾ ਹੈ ਉਹ ਸਾਰਾ ਦਾ ਸਾਰਾ ਕਵਰ ਕਰਾਵਾਂਗੇ ਔਰ ਇਹ ਪ੍ਰੋਮਿਸ ਕਰਦਾ ਮੈਂ ਤੁਹਾਨੂੰ ਕੰਟੈਂਟ ਪੰਜਾਬ ਜੀਕੇ ਦਾ ਇੰਨਾ ਜ਼ਬਰਦਸਤ ਕੱਢ ਕੇ ਦਾਂਗਾ ਤੁਸੀਂ 20 ਦੇ ਵਿੱਚੋਂ ਕੁਸ਼ਣ ਆ ਕੇ ਟੰਗ ਨਾਲ ਜਿਹੜਾ ਥੀਡ ਕਰਕੇ ਜਾਏਗਾ ਉਹ ਮੈਚ ਕਰ ਲਵੇ ਜੇ 20 ਦੇ ਵਿੱਚੋਂ 18 ਕੁਸ਼ਣ ਤੁਹਾਨੂੰ ਉਹ ਕਲਾਸ ਤੋਂ ਦੇ ਦਿਆਂਗਾ ਮੈਂ ਪਰ ਫਿਰ ਮੈਂ ਕਹਿ ਰਿਹਾ ਕਿ ਜੀਕੇ ਦਾ ਕੋਈ ਐਂਡ ਨਹੀਂ ਹੁੰਦਾ ਜਿੱਥੋਂ ਮਰਜ਼ੀ ਆ ਸਕਦੀ ਹੈ ਤੁਸੀਂ ਕਲਾਸ ਲਗਾ ਲਿਓ ਲੋਅਰ ਸਟੂਡੈਂਟ ਜਿਹੜਾ ਹੋਏਗਾ ਉਹ 15 ਨੰਬਰ ਸਕੋਰ ਕਰਾਵਾਂਗਾ ਜਿਹੜਾ ਥੋੜੀ ਦੇਰ ਤੋਂ ਪੜ ਰਿਹਾ ਆਪਣੇ ਕੋਲ ਉਹਨੂੰ 18 ਨੰਬਰ ਮੈਂ ਜੀਕੇ ਦੇ ਵਿੱਚੋਂ ਪ੍ਰੋਮਿਸ ਕਰਦਾ ਜਿਵੇਂ ਮਰਜ਼ੀ ਕਵਰ ਕਰਾ ਕੇ ਦਾਂਗਾ ਠੀਕ ਹੈ ਜੀ ਇੱਕ ਆਪਾਂ ਐਵਰੇਜ ਸਟੂਡੈਂਟ ਦੀ ਤੇ ਇੱਕ ਅੱچھے ਸਟੂਡੈਂਟ ਦੀ ਆਪਾਂ ਜਿਹੜੀ ਹੈ ਉਹ ਮਾਰਕਿੰਗ ਕਰ ਲਈ ਹੁਣ ਆਪਾਂ ਟੋਟਲ ਦੇਖ ਲਈਏ ਕਿ ਟੋਟਲ ਕਿੰਨਾ ਕੋ ਬੰਦਾ ਪਿਆ ਟੋਟਲ ਆਪਣਾ ਕਿੰਨੇ ਕਿੰਨੇ ਮਾਰਕਸ ਜਿਹੜੇ ਨੇ ਲਾਏ ਨੇ ਉਹ ਆਪਣੇ ਬੰਦੇ ਪਏ ਨੇ ਤੇ ਆਪਾਂ ਦੇਖ ਲਈਏ 12 ਆਪਾਂ ਲਾਇਏ ਨੇ ਜੀ ਰੀਜ਼ਨਿੰਗ ਚੋਂ 11 ਮੈਥਸ ਦੇ ਵਿੱਚੋਂ ਨੰਮਰਿਕਲ ਅਬਿਲਟੀ ਤੇ 16 ਨੰਬਰ ਲਾਇਏ ਨੇ ਆਪਾਂ ਪੰਜਾਬੀ ਤੇ ਇੰਗਲਿਸ਼ ਦੇ ਵਿੱਚੋਂ ਫਾਰਾ ਨੰਬਰ ਲਾਇਏ ਨੇ ਆਪਾਂ ਜੀਕੇ ਦੇ ਵਿੱਚੋਂ 18 ਨੰਬਰ ਲਾਇਏ ਨੇ ਆਪਾਂ ਕੰਪਿਊਟਰ ਦੇ ਵਿੱਚੋਂ ਇਹ 18 ਮੇਰਾ ਪ੍ਰੋਮਿਸ ਹੈ ਤੁਹਾਨੂੰ 18 ਮੇਰਾ ਪ੍ਰੋਮਿਸ ਹੈ ਤੇ 15 ਨੰਬਰ ਲਾਇਏ ਨੇ ਆਪਾਂ ਜੀਕੇ ਦੇ ਵਿੱਚੋਂ ਪੰਜਾਬ ਜੀਕੇ ਦੇ ਵਿੱਚੋਂ ਤਾਂ ਗਾਇਸ ਜਿੱਥੇ ਤੱਕ ਮੈਂ ਟੋਟਲ ਲਾ ਰਿਹਾ ਟੋਟਲ ਬਣ ਰਿਹਾ ਆਪਣਾ 12 ਤੇ 11 23 ਤੇ 100 ਲਾ ਹੁਣ ਟਾਲੀ ਹੁਣ ਟਾਲੀ ਤੇ 12 51 51 ਤੇ 18 69 ਤੇ ਮਤਲਬ ਪਲਾ ਕਰੇ 15 ਲਓ ਜੀ ਆ ਨੰਬਰ ਬੰਦੇ ਬਨੇ ਆਪਣੇ 84 ਆ ਨੰਬਰ ਬੰਦੇ ਪਏ ਨੇ ਆਪਣੇ 84 ਔਰ ਇਹ ਨੰਬਰ ਜਿਹੜੇ ਨੇ ਆਪਣੇ ਹੋਰ ਜ਼ਿਆਦਾ ਬਨਣਗੇ ਕਿਉਂਕਿ ਆਪਾਂ ਇਹ ਥੋੜੇ ਜਿਹੇ ਹੋਰ ਅੱਛੇ ਸਟੂਡੈਂਟਸ ਵਾਸਤੇ ਜਿਹੜੇ ਨੇ ਉਹ ਲਾਈਨੇ ਨੰਬਰ ਮੈਂ ਕਹਿਣਾ ਯਾਰ ਆ 84 ਨੰਬਰ ਬਹੁਤ ਓਖੇ ਨੇ ਲੈਣੇ 84 ਦੇ ਵਿੱਚੋਂ ਤੁਸੀਂ ਫਿਰ ਮੈਂ ਕਹਾਗਾ ਜਰਨਲ ਵਾਸਤੇ ਦੀ ਗੱਲ ਕਰ ਰਿਹਾ ਮੈਂ ਜਰਨਲ ਸਟੂਡੈਂਟ ਵਾਸਤੇ ਗੱਲ ਕਰ ਰਿਹਾ ਉਹ 84 ਤੋਂ 70 70 ਤੋਂ 65 ਦੇ ਵਿੱਚਕਾਰ ਨੰਬਰ ਲੈ ਆਵੇ ਉਹਦੀ ਟਾਈਪਿੰਗ ਨਹੀਂ ਰੁਕੇਗੀ ਮੇਰਾ ਪੇਪਰ ਆਉਣ ਤੋਂ ਪਹਿਲੇ ਦੀ ਪ੍ਰੋਡਕਸ਼ਨ ਸੁਣ ਲੋ ਮੈਨੂੰ ਨਹੀਂ ਪਤਾ ਪੇਪਰ ਕਿਸ ਲੈਵਲ ਦਾ ਆਏਗਾ ਕੀ ਆਏਗਾ ਕਿਵੇਂ ਆਏਗਾ ਬਟ ਟਾਈਪਿੰਗ ਆਪਣੇ ਕੋਲ ਹੈਗੀ ਐ ਇਸ ਤੋਂ ਬਾਅਦ ਟਾਈਪਿੰਗ ਹੈ 2016 ਦੇ ਵਿੱਚ ਜਿਹੜਾ 17 ਦੇ ਵਿੱਚ ਜੁਆਇਨਿੰਗ ਹੋਈ ਹੈ ਉਹ 53 53 ਵਾਲਾ ਬੱਚੇ ਦੀ ਕਾਲ ਜਿਹੜੀ ਹੈ ਹਜੇ ਤੱਕ ਆਂਦੀ ਵੀ ਹੈ ਕੈਟਾਗਰੀ ਵਾਲਾ ਸਟੂਡੈਂਟ 48 48 ਵਾਲਾ ਲੱਗ ਜਾਏਗਾ ਮੈਂ ਕਹਿੰਦਾ ਬੱਚਾ ਬਹੁਤ ਇੰਟੈਲੀਜੈਂਟ ਹੋ ਗਿਆ 4 ਸਾਲ 5 ਸਾਲ ਦੇ ਵਿੱਚ ਟਾਈਪਿੰਗ ਵੀ ਸਿੱਖ ਗਿਆ ਉਹ ਤੁਸੀਂ ਆਪੇ ਇਸ ਸੀਜ਼ ਦਾ ਹਿਸਾਬ ਲਾਓ ਕਿ ਜਿਹੜੀ ਪਟਵਾਰੀ ਦੇ ਦੋ ਅਗਰ ਪੇਪਰ ਸੀ ਤਾਂ ਉਹਦੀ ਮੈਰਿਟ ਇੰਨੀ ਜ਼ਿਆਦਾ ਨਹੀਂ ਗਈ ਹੁੰਦੀ ਤਾਂ ਫਾਰਮ ਵੀ ਬਹੁਤ ਲੋਕਾਂ ਨੇ ਭਰਿਆ ਸੀ ਇਹ ਤਾਂ ਕੁਝ ਬੱਚਾ ਹੀ ਨਹੀਂ ਹੈਗਾ ਫਾਰਮ ਜਿਨ੍ਹਾਂ ਨੇ ਭਰਿਆ ਹੋਏਗਾ ਵੱਧ ਤੋਂ ਵੱਧ ਕੀ 80 ਲੱਖ ਬੱਚਾ ਹੋਏਗਾ ਫਾਰਮ ਭਰਨ ਵਾਲਾ 1 ਲੱਖ ਬੱਚਾ ਹੋਏਗਾ ਤੁਸੀਂ ਇਹ ਮੰਨੋ ਕਿ ਟਾਈਪਿੰਗ ਹਜੇ ਵੀ ਬਹੁਤ ਬੱਚਿਆਂ ਦੀ ਤਿਆਰ ਨਹੀਂ ਹੈਗੀ ਟਾਈਪਿੰਗ ਦੇ ਨਾਲ-ਨਾਲ ਫੋਕਸ ਕਰੋ ਇਹ ਤੁਹਾਡਾ ਪੀ ਟ੍ਰਿਪਲ ਐਸ ਬੀ ਦਾ ਡ੍ਰੀਮ ਜਿਹੜਾ ਹੈ ਉਹ ਤੁਸੀਂ ਨਾਲ ਜੁੜੇ ਰਹੋ ਸਾਡੇ ਤੁਹਾਡਾ ਪੀ ਟ੍ਰਿਪਲ ਐਸ ਬੀ ਦਾ ਡ੍ਰੀਮ ਮੈਂ ਪੂਰਾ ਕਰਕੇ ਦਿਆਂਗਾ कि सिर्फ ਤੁਹਾਨੂੰ ਗਾਈਡੈਂਸ ਹੀ ਚਾਹੀਦੀ ਹੋਵੇ ਨਾ ਕਿ ਸਰ ਮੈਂ ਜੀਕੇ ਦਾ ਮੈਨੂੰ ਪਲੀਜ਼ ਟੌਪਿਕ ਲਿਖਵਾ ਦਿਓ ਕਿ ਮੈਂ ਜੀਕੇ ਦੇ ਕਿਹੜੇ-ਕਿਹੜੇ ਟੌਪਿਕ ਪੜ੍ਹਨੇ ਆ ਤੁਹਾਨੂੰ ਨੰਬਰ ਜਿਹੜਾ ਹੈਗਾ ਰਾਹਤ ਇੰਸਟੀਚਿਊਟ ਦਾ ਕੱਲੇ-ਕੱਲੇ ਕੋਲ ਹੈਗਾ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ ਆਏਗਾ ਤੁਸੀਂ ਕਾਲ ਕਰ ਲਿਓ ਤੁਹਾਨੂੰ ਮੈਂ ਟੌਪਿਕਸ ਲਿਖਵਾ ਦਾਂਗਾ ਕਿ ਯਾਰ ਜੀਕੇ ਚੋਂ ਇਹ ਆ ਪੜ੍ਹ ਕੇ ਜਾਣਾ ਮੈਥ ਸੋ ਆ ਕਰਕੇ ਜਾਣਾ ਰੀਜ਼ਨਿੰਗ ਦੇ ਆ ਟੌਪਿਕ ਕਰ ਲੈ ਪੰਜਾਬ ਜੀਕੇ ਚੋਂ ਆ ਕਰ ਲੈ ਕੰਪਿਊਟਰ ਚੋਂ ਆ ਕਰ ਲੈ ਤੁਹਾਡਾ ਪੇਪਰ ਨਹੀਂ ਰੁਕੇਗਾ ਆਪਾਂ ਫਾਜ਼ਿਲ ਕਾ ਦੇ ਵਿੱਚ ਅਗਰ ਆਪਾਂ ਬੈਠ ਕੇ ਅਗਰ ਅਸੀਂ ਇੱਕ ਵੀਡੀਓ ਬਣਾ ਰਹੇ ਆ ਤਾਂ ਚਾਹਨੇ ਆ ਕਿ ਮੈਕਸਿਮਮ ਰਿਜ਼ਲਟ ਜਿਹੜਾ ਅਸੀਂ ਆਪਦੇ ਰੀਜ਼ਨ ਚ ਦੇ ਸਕੀਏ ਬਹੁਤ ਬਹੁਤ ਮਿਹਨਤ ਕਰ ਰਹੇ ਆ ਅਸੀਂ ਕਿ ਮੈਕਸਿਮਮ ਜਿਹੜਾ ਅਸੀਂ ਰਿਜ਼ਲਟ ਆ ਉਹ ਦੇ ਸਕੀਏ ਅੱਜ ਬਹੁਤ ਮੈਂ ਲਾਈਕ ਥੱਕਿਆ ਪਿਆ ਸੀਗਾ ਬਹੁਤ 클래ਸੀ ਸੀਗੀਆਂ ਬਟ ਇੱਕ ਦਿਲ ਜਾਇਆ ਯਾਰ ਪਤਾ ਨਹੀਂ ਕਿਉਂ ਕਿ ਅੱਜ ਸਟੂਡੈਂਟਸ ਨਾਲ ਜਿਹੜੀ ਹੈ ਉਹ ਗੱਲ ਕਰਨੀ ਹੈ ਕਿ ਉਹ ਜਿਹੜੀ ਕਮੀ ਕਿੱਥੇ ਰਹਿ ਜਾਂਦੀ ਹੈ ਉਹਨਾਂ ਦੀ ਪਟਵਾਰੀ ਦਾ ਪੇਪਰ ਈਜ਼ੀ ਸੀਗਾ ਉਹ ਕਿਉਂ ਨਹੀਂ ਕਰੈਕ ਕਰ ਪਾਏ ਕਿੱਥੇ ਕਮੀ ਰਹੇਗੀ ਕਿ ਕਿਹੜੀ ਚੀਜ਼ ਪੜ੍ਹ ਕੇ ਨਹੀਂ ਗਏ ਸੀਗੇ ਕਿਹੜੀ ਚੀਜ਼ ਰਹਿ ਗਿਆ ਔਰ ਦੂਜੀ ਗੱਲ ਹੋਰ ਲਓ ਜੀ ਮੈਂ ਇੱਕ ਤੁਹਾਨੂੰ ਦੇ ਰਿਆਂ ਜੋ 29 ਤਰੀਕ ਹੈ ਤੁਹਾਨੂੰ ਬਿਫੋਰ 5 5 ਦਸੰਬਰ 5 ਦਸੰਬਰ ਮੈਂ ਤੁਹਾਨੂੰ ਪੰਜ ਮੌਕ ਟੈਸਟ ਜਿਹੜੇ ਆ ਉਹ ਪ੍ਰੋਵਾਈਡ ਕਰਾਂਗਾ 5 ਮੌਕ ਟੈਸਟ ਜਿਹੜੇ ਆਉਂ ਪ੍ਰੋਵਾਈਡ ਕਰਾਂਗਾ 5 ਦਸੰਬਰ ਨੂੰ 5 ਦਸੰਬਰ ਤੋਂ ਲੈ ਕੇ 12 ਦਸੰਬਰ ਤੱਕ ਦਾ ਤੁਹਾਡੇ ਕੋਲ ਟਾਈਮ ਹੋਏਗਾ 12 ਦਸੰਬਰ ਆਪਣਾ ਪੇਪਰ ਹੈ ਤੇ 12 ਦਸੰਬਰ ਤੱਕ ਦਾ ਤੁਹਾਡੇ ਕੋਲ ਟਾਈਮ ਹੋਏਗਾ 5 ਮੌਕ ਟੈਸਟ ਸਿਰਫ ਓਨਲੀ 5 ਮੌਕ ਟੈਸਟ ਵਿਦ ਆਨਸਰ ਕੀ ਹੋਣਗੇ ਤੁਸੀਂ ਇੱਕ ਵਾਰੀ ਗਾਈਜ਼ ਉਹਨੂੰ ਨਿਗਾ ਮਾਰ ਕੇ ਚਲੇ ਜਾਏ ਜੀ ਨਿਗਾ ਮਾਰ ਕੇ ਚਲੇ ਜਾਏ ਜੀ 5 ਪੰਜ ਪੇਪਰ ਨੇ 120 ਥੈਟ ਮੀਨਸ 600 ਕੁਐਸਚਨ ਤੁਹਾਡੇ ਕੋਲ ਹੋਏਗਾ ਮੈਥ ਰੀਜ਼ਨਿੰਗ ਕੰਪਿਊਟਰ ਜੀਕੇ ਸਾਰਾ ਕੁਝ ਮਿਲਾ ਕੇ 600 ਕੁਐਸਚਨ ਤੁਹਾਡੇ ਕੋਲ ਹੋਏਗਾ ਮੈਂ ਤੁਹਾਨੂੰ ਪ੍ਰੋਮਿਸ ਦੇ ਦਿੰਦਾ ਕਿ 600 ਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਆ ਜਾਏਗਾ ਜੇ 600 ਦੇ ਵਿੱਚ ਬਹੁਤ ਕੁਐਸਚਨਸ ਤੁਹਾਨੂੰ ਜਿਹੜੇ ਆ ਉਹ ਬਹੁਤ ਦਿਮਾਗ ਲਾ ਕੇ ਅਸੀਂ ਬਣਾਏ ਨੇ ਕਿਉਂਕਿ ਪੀ ਟ੍ਰਿਪਲ ਐਸਬੀ ਕਲਰਕ ਦਾ ਜੇ ਪੇਪਰ ਬਣੇਗਾ ਤਾਂ ਉਹ ਕਿਸ ਦਿਮਾਗ ਨਾਲ ਬਣੇਗਾ ਉਹ ਕਿਸ ਲੈਵਲ ਦਾ ਜਿਹੜਾ ਪੇਪਰ ਬਣਾਣਗੇ ਉਸ ਲੈਵਲ ਦੇ ਅਸੀਂ ਕੁਐਸਚਨ ਚੱਕ ਚੱਕ ਕੇ ਜਿਹੜੇ ਆ ਉਹ ਪਾਏ ਆ ਡਿਊਅਲ ਲੈਂਗੁਏਜ ਹੋਏਗਾ ਪੰਜਾਬੀ ਇੰਗਲਿਸ਼ ਦੋਵਾਂ ਚ ਹੋਣਗੇ ਤਾਂ ਤੁਸੀਂ ਜਿਹੜਾ ਤੁਹਾਨੂੰ ਠੀਕ ਲੱਗੇ ਉਹ ਤੁਸੀਂ ਲ ਠੀਕ ਹੈ ਜੀ ਤਾਂ ਮੈਨੂੰ ਦਿਓ ਆਜ਼ਾਦਤ ਉਹਨਾਂ ਕੋਈ ਗੱਲਬਾਤ ਕੋਈ ਚੀਜ਼ ਜਿਹੜੀ ਕਰਨੀ ਹੋਵੇ ਨੰਬਰ ਤੁਹਾਡੇ ਕੋਲ ਰਾਹਤ ਇੰਸਟੀਚਿਊਟ ਦਾ ਹੈਗਾ ਤੁਸੀਂ ਬੇਚਿੰਤ ਹੋ ਕੇ ਕਾਲ ਕਰ ਸਕਦੇ ਹੋ ਜਦੋਂ ਮਰਜ਼ੀ ਕਾਲ ਕਰੋ ਬਸ ਗੱਲ ਹੈ ਕਿ ਸ਼ਰਤ ਇਹ ਹੋਣੀ ਚਾਹੀਦੀ ਹੈ ਮਨ ਦੇ ਵਿੱਚ ਹੀ ਆਉਣਾ ਚਾਹੀਦਾ ਹੈ ਕਿ ਸਰ ਮੈਂ ਪੇਪਰ ਕੱਢਣਾ ਹੈ ਜੀ ਆਪਾਂ ਨੂੰ ਰਾਤ ਨੂੰ 11 ਵਜੇ ਤੱਕ ਬਹਿ ਕੇ ਵੀ ਪੜਾਣਾ ਪਿਆ ਜਾਂ ਪੜ੍ਹਨਾ ਪਿਆ 12 ਵਜੇ ਤੱਕ ਬਹਿਣਾ ਪਿਆ ਮੈਂ ਬਹਾਂਗਾ ਤੁਹਾਡੇ ਨਾਲ ਪਰ ਸ਼ਰਤ ਹੈ ਕਿ ਪੇਪਰ ਨਿਕਲਣਾ ਚਾਹੀਦਾ ਸੀਰੀਅਸਨੈਸ ਜਿਹੜੀ ਆ ਉਹ ਤੁਹਾਡੇ 'ਚ ਹੋਣੀ ਚਾਹੀਦੀ ਹੈ ਉਹ ਨਜ਼ਰ ਆਣੀ ਚਾਹੀਦੀ ਕਿ ਯਾਰ ਵਾਕਈ ਗੱਲ ਲੱਗਦੀ ਹੈ ਪੇਪਰ ਮੁੰਡਾ ਕੱਢ ਸਕਦਾ ਠੀਕ ਹੈ ਜੀ ਅਗਰ ਆਈਟੀ ਦਾ ਚਾਹੀਦਾ ਹੋਏਗਾ ਤਾਂ ਪਾਈਟੀ ਤੇ ਵੀ ਗੱਲ ਕਰ ਲਾਂਗੇ ਆਈਟੀ ਦਾ ਪੇਪਰ ਹੋਰ ਈਜ਼ੀ ਹੋਏਗਾ ਤੁਹਾਨੂੰ ਕ੍ਰੈਕ ਕਰਨਾ ਉਹ ਗੱਲ ਕਰਾਂਗੇ ਆਪਾਂ ਫਿਰ ਕਿਸੇ ਦਿਨ ਕੋਈ ਗੱਲ ਨਹੀਂ ਆਪਾਂ ਕੱਲ ਪਰਸੋਂ ਫਿਰ ਉਹਦੇ ਦੇ ਵੀਡੀਓ ਬਣਾ ਲਾਂਗੇ ਹੁਣ ਇਹਦੇ ਰਿਗਾਰਡਿੰਗ ਕੋਈ ਵੀ ਤੁਹਾਡਾ ਡਾਊਟ ਹੋਵੇ ਤੁਸੀਂ ਸਟਿਲ ਮੇਰੇ ਨਾਲ ਗੱਲ ਕਰ ਸਕਦੇ ਹੋ ਮੈਂ ਨੰਬਰ ਤੁਹਾਨੂੰ ਬਹੁਤ ਜ਼ਿਆਦਾ 84 ਬਣਾ ਕੇ ਦਿੱਤੇ ਐ ਮੈਰਿਟ ਇੰਨੀ ਜ਼ਿਆਦਾ ਕਦੇ ਵੀ ਨਹੀਂ ਜਾਣੀ ਤੁਸੀਂ ਟਾਰਗੇਟ ਆਪਦਾ ਸੈੱਟ ਕਰਕੇ ਰੱਖੋ ਕਿ ਮੈਂ ਇੰਨੇ ਮਾਰਕਸ ਲੈਣੇ ਆ ਠੀਕ ਹੈ ਜੀ ਅਗਰ ਨੈਗੇਟਿਵ ਮਾਰਕਿੰਗ ਹੁੰਦੀ ਹੈ ਤਾਂ ਆਪਾਂ ਹੋਰ ਡਾਊਨ ਕਰਾਂਗੇ ਨੰਬਰਾਂ ਨੂੰ ਆਪਾਂ ਐਕੂਰੇਸੀ ਬਣਾ ਕੇ ਚੱਲਣੀ ਹੈ ਉਹਦੇ ਦੇ ਵੀ ਗੱਲ ਕਰਾਂਗੇ ਪੇਪਰ ਕਿਵੇਂ ਅਟੈਂਪਟ ਕਰਨਾ ਆਪਾਂ ਕਿਹੜੀ ਚੀਜ਼ ਨੂੰ ਕਿਵੇਂ ਲੈ ਕੇ ਚੱਲ ਠੀਕ ਹੈ ਜੀ ਤੋਂ ਸੋ ਥੈਂਕ ਯੂ ਗਾਇਸ ਗੱਲਬਾਤ ਸੁਣੀ ਤੁਸੀਂ ਮੈਂ ਤੁਹਾਡੇ ਕਮੈਂਟ ਜ਼ਰੂਰ ਚੈੱਕ ਕਰਾਂਗਾ ਕੋਈ ਗੱਲਬਾਤ ਜਿਹੜੀ ਹੈ ਔਰ ਰਹਿ ਗਈ ਹੈ ਕੋਈ ਕਰਨਾ ਚਾਹੋ ਤਾਂ ਪਲੀਜ਼ ਉਸੇ ਡਿਸਕਸ ਕਰਿਆ ਜੇ ਕੋਈ ਕਮੀ ਪੇਸ਼ੀ ਜਿਹੜੀ ਹੈ ਉਹ ਤੁਸੀਂ ਦੱਸਣੀ ਹੈ ਠੀਕ ਹੈ ਨਾ ਕੀ ਆਸਰ ਕਮੀ ਰਹਿ ਗਈ ਆ ਤੇ ਤੁਸੀਂ ਗਲਤ ਹੋ ਗਏ ਜਾਂ ਜੋ ਵੀ ਹੈਗਾ ਤੁਸੀਂ ਗੱਲ ਕਰਿਆ ਜੇ ਮੈਂ ਆਦੇ ਬੋਲੇ ਇੱਕ ਪ੍ਰੈਡਿਕਸ਼ਨ ਦਿੱਤੀ ਹੈ ਐਵੇਂ ਬੈਠਾ ਸੀਗਾ ਮੈਂ ਕਿਾ ਚੱਲ ਯਾਰ ਅੱਜ ਇੱਕ ਵੀਡੀਓ ਇਹ ਵੀ ਬਣਾ ਕੇ ਦੇਖੀਏ ਚਲੋ ਗਾਇਸ ਥੈਂਕ ਯੂ ਬਹੁਤ-ਬਹੁਤ ਤੁਹਾਡਾ ਆਪਾਂ ਮਿਲਦੇ ਹਾਂ ਅਗਲੀ ਕਿਸੇ ਵੀਡੀਓ ਦੇ ਵਿੱਚ ਹਾਂ ਬੁੱਧਵਾਰ ਮਿਲਾਂਗੇ ਆਪਾਂ ਸੱਚੀ ਬੁੱਧਵਾਰ ਦਾ ਟਾਈਮ ਵੀ ਨੋਟ ਕਰ ਲਓ 10:30 ਵਜੇ ਬਹੁਤ ਘੈਂਟ ਮੈਰਾਥਨ ਕਲਾਸ ਜਿਹੜੀ ਆ ਉਹ ਲਾਣੀ ਆਪਾਂ ਮੈਥਸ ਕਰਾਂਗੇ ਰੀਜਨਿੰਗ ਕਰਾਂਗੇ ਕੰਪਿਊਟਰਸ ਕਰਾਂਗੇ ਇੰਗਲਿਸ਼ ਕਰਾਂਗੇ ਪੰਜਾਬੀ ਕਰਾਂਗੇ ਪੰਜਾਬ ਜੀਕੇ ਕਰਾਂਗੇ ਤੇ ਦੂਜੀ ਜੀਕੇ ਨੈਸ਼ਨਲ ਜੀਕੇ ਵੀ ਕਰਾਂਗੇ ਸਾਰੇ ਦੇ ਸਾਰੇ ਸਬਜੈਕਟ ਇੱਕੋ ਵਾਰ ਬਹਿ ਕੇ ਕਰਾਂਗੇ 120 ਮਾਰਕਸ ਦਾ ਪੂਰਾ ਇੱਕ ਟੈਸਟ ਲਾਵਾਂਗੇ ਆਪਾਂ ਔਰ ਉਹ 120 ਦੇ ਨਾਲ ਤੁਹਾਨੂੰ ਕਿੰਨੇ ਹੀ ਕੁਐਸਚਨ ਤੁਹਾਡੇ ਜਿਹੜੇ ਨੇ ਉਹ ਕਲੀਅਰ ਹੋਣਗੇ ਕਿੰਨੇ ਹੀ ਕੁਐਸਚਨਸ ਬਸ ਗੱਲ ਹੈ ਕਿ ਜੁੜਨੇ ਚਾਹੀਦੇ ਹੋ ਉਹ ਉਹ ਜਿਹੜਾ ਹੈਗਾ ਉਹ ਤੁਹਾਡੇ ਰਿਸਪੌਂਸਿਬਿਲਟੀ ਹੈ ਕੋਈ ਗੱਲ ਨਹੀਂ ਆਪਾਂ ਮਿਲਦੇ ਆ ਫਿਰ ਬੁੱਧਵਾਰ ਓਕੇ ਗਾਈਜ਼ ਬਾਏ ਬਾਏ